ਉਹ ਸਾਹਮਣਾ ਕਰਨਾ ਚਾਹੀਦਾ ਜੋ ਸੱਚਿਆ ਫਿਰੋ ਕੁਛ ਨਹੀਂ ਨਿਕਲਣਾ ਉਹ ਤੇ ਪੰਥ ਰਤਨ ਆਵਾਰਡ ਦੀ ਵੀ ਮੰਗ ਕੀਤੀ ਜਾ ਰਹੀ ਆ ਵੀ ਬਾਦਲ ਸਾਹਿਬ ਨੂੰ ਜਿਹੜਾ ਸਭ ਤੋਂ ਉੱਚਾ ਅਵਾਰਡ ਮਿਲਿਆ ਸੀ ਇਹ ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਹੈ ਕੋਈ ਗੱਲ ਉਹਨਾਂ ਦੇ ਖਿਲਾਫ ਸਾਬਤ ਹੋ ਜਾਏ ਤੇ ਫਿਰ ਤਬ ਆਪ ਨੂੰ ਕਰ ਨਹੀਂ ਪਏਗਾ ਉਹਨਾਂ ਨੂੰ ਕੋਟਕਪੂਰਾ ਗੋਲੇਕਾਂਡ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਚਲਾਨ ਜਿਹੜਾ ਕੋਰਟ ਵਿੱਚ ਪੇਸ਼ ਕਰ ਦਿੱਤਾ ਸਾਡੇ ਨਾਲ ਸੁਖਦੇਵ ਸਿੰਘ ਢੀਂਸਾ ਜੀ ਹੈ ਬੜੇ ਸੀਨੀਅਰ ਲੀਡਰ ਹੈ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਉਹਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਨਾਲ ਜਾਣਦੇ ਆ ਵੀ ਉਹਨਾਂ ਦਾ ਫਰਸਟ ਰਿਐਕਸ਼ਨ ਕੀ ਆ ਸਰ ਤੁਹਾਡਾ ਇਸ ਮਾਮਲੇ ਤੇ ਫਰਸਟ ਰਿਐਕਸ਼ਨ ਕੀ ਆ ਪੁਲਿਸ ਨੇ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਚਲਾਨ ਆ ਉਹੋ कोर्ट ਵਿੱਚ ਪੇਸ਼ ਕਰ ਦਿੱਤਾ ਜਿਸ ਵਿੱਚ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਨਹੀਂ ਦੇਖੋ ਗੱਲ ਇਹ ਹੈ ਵੀ ਤਾਂ ਹੁਣ ਕੋਰਟ ਨੇ ਫੈਸਲਾ ਕਰਨਾ ਮੈਂ ਹੁਣ ਕਮੈਂਟ ਕੁਝ ਨਹੀਂ ਕਰ ਸਕਦਾ ਇਹ ਕੋਰਟ ਜੋ ਫੈਸਲਾ ਕਰੇਗੀ ਜਬ ਪਰਚੇ ਨੇ ਜੋ ਲਿਖਤਾ ਹੈ ਉਹ ਤੇ ਕੀ ਕਮੈਂਟ ਹੋ ਸਕਦਾ ਹੁਣ ਹੁਣ ਤਾਂ ਕੋਰਟ ਹੀ ਕਰ ਸਕਦੀ ਹੈ ਉੱਤੇ ਵੀ ਉਹ ਠੀਕ ਹੈ ਕਿ ਗਲਤ ਹੈ ਇਸ ਕਰਕੇ ਮੇਰਾ ਇਸਤੇ ਬੋਲਣਾ ਠੀਕ ਨਹੀਂ ਹੈ ਮناسب ਨਹੀਂ ਹੈ ਕਿ ਮੈਂ ਇਸਤੇ ਕੋਈ ਗੱਲ ਕਰਾਂ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਸਰ ਲਗਾ ਜਿਸ ਦਿਨ ਚਲਾਨ ਪੇਸ਼ ਕੀਤਾ ਗਿਆ ਉਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਿਰੋਧ ਕਰ ਰਿਹਾ ਪ੍ਰੈਸ ਕਾਨਫਰੰਸ ਕਰ ਰਿਹਾ ਲੋਕਾਂ ਨੂੰ ਇਸ ਮਾਮਲੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਅਕਾਲੀ ਦਲ ਦਾ ਇਹ ਕਹਿਣਾ ਹੈ ਵੀ ਇਹ ਜਿਹੜਾ ਚਲਾਨ ਹੈ ਇਹ ਝੂਠਾ ਹੈਗਾ ਇਸ 'ਚ ਕੋਈ ਵੀ ਫੈਕਟ ਜਿਹੜੇ ਆ ਉਹ ਸਹੀ ਨਹੀਂ ਆ ਦੇਖੋ ਇਹ ਤਾਂ ਹੁਣ ਉਹਨਾਂ ਦੀ ਐਵੇਂ ਬਿਨਾਂ ਮਤਲਬਾ ਇਸ ਤਰ੍ਹਾਂ ਦੀ ਗੱਲਾਂ ਨੇ ਇਹ ਵੀ ਠੀਕ ਹੈ ਕਿ ਉਹਨਾਂ ਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਦੇ ਅ ਲੋਕਾਂ 'ਚ ਪ੍ਰਚਾਰ ਕਰਨਾ ਕਿ ਗਲਤ ਹੈ ਉਹ ਤਾਂ ਦੱਸਦੇ ਕਿ ਗਲਤ ਹੈ ਕਿ ਠੀਕ ਹੈ ਨੰਬਰ ਨੰਬਰ 2 ਇਹ ਹੈ ਕਿ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਜੀ ਪੇਸ਼ ਕਰਕੇ ਲੋਕ ਦੁੱਖੀ ਵੀ ਸੀ ਉਦਵਤ ਕੈਪਟਨ ਸਾਹਿਬ ਆਏ ਉਹਨਾਂ ਨੇ ਕਿਹਾ ਉਹਨਾਂ ਨੇ ਦਿੱਤਾ ਹੁਣ ਇਹਨਾਂ ਨੇ ਕੀਤਾ ਤੇ ਇਹ ਇਹ ਕਹਿੰਦੇ ਅਸੀਂ ਫੈਕਟਡ ਫਿਰ ਗਿਰਦ ਨਾਲ ਕੀਤਾ ਦੇਖੋ ਉਹਨੂੰ ਤਾਂ ਜਲਤ ਫੈਸਲਾ ਕਰੇਗੀ ਸੋਨੂੰ ਇਹ ਲੱਗਦਾ ਵੀ ਇਹਨਾਂ ਨੂੰ ਕੋਰਟ ਦੀ ਜਿਹੜੀ ਪ੍ਰोसीडिंग ਆ ਉਸ ਦਾ ਸਾਹਮਣਾ ਕਰਨਾ ਚਾਹੀਦਾ ਬਗਾਰ ਕਿਸੇ ਵਿਰੋਧ ਦੇ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਨੂੰ ਇਸ ਹਿਸਾਬ ਨਾਲ ਕੋਈ ਨਹੀਂ ਕਰ ਰਿਹਾ ਵਿਰੋਧ ਕਰਨਾ ਚਾਹੀਦਾ ਔਰ ਉਹਨੂੰ ਸਾਹਮਣਾ ਕਰਨਾ ਚਾਹੀਦਾ ਜੇ ਸੱਚੇ ਫਿਰ ਕੁਝ ਨਹੀਂ ਨਿਕਲਣਾ ਉਹਦੇ ਚ ਆਹ ਉਹ ਤਾਂ ਪਾਕ ਸਾਹਿਬ ਜਿਹੜੇ ਸੱਚੇ ਹੋਣਗੇ ਤਾਂ ਫਿਰ ਕੋਰਟ ਬਰੀ ਕਰ ਦੇਗੀ ਨਹੀਂ ਤਾਂ ਸਜ਼ਾ ਸੁਣਾ ਦੇਗੀ ਬਿਲਕੁਲ ਮੈਂ ਤਾਂ ਇਸੇ ਦਮ ਹੀ ਹਾਂ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਨਹੀਂ ਚਾਹੀਦਾ ਕੋਰਟ ਦਾ ਸਾਹਮਣਾ ਕਰਨਾ ਚਾਹੀਦਾ ਸਰ ਜਦੋਂ ਅੱਜ ਇਹ ਚਲਾਨ ਪੇਸ਼ ਹੋਇਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਅਵਾਰਡ ਮਿਲੇ ਸੀ ਉਹਨਾਂ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਥ ਰਤਨ ਅਵਾਰਡ ਦੀ ਵੀ ਮੰਗ ਕੀਤੀ ਜਾ ਰਹੀ ਹੈ ਕਿ ਬਾਦਲ ਸਾਹਿਬ ਨੂੰ ਜਿਹੜਾ ਸਭ ਤੋਂ ਉੱਚਾ ਅਵਾਰਡ ਮਿਲਿਆ ਸੀ ਇਹ ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਇਹ ਉਹਨਾਂ ਨੂੰ ਵਾਪਸ ਕਰ ਦੇਣਾ ਚਾਹੀਦਾ ਦੇਖੋ ਅਗਲੇ ਸਬਦ ਹੁੰਦੇ ਆ ਕੋਈ ਗੱਲ ਉਹਨਾਂ ਦੇ ਖਿਲਾਫ ਸਾਬਤ ਹੋ ਜਾਏ ਤੇ ਫਿਰ ਤਾਂ ਬਾਪਸ ਕਰਨੀ ਪਏਗਾ ਉਹਨਾਂ ਨੂੰ ਜੀ ਤੇ ਅਜੇ ਤੱਕ ਸਾਬਤ ਕੁਝ ਨਹੀਂ ਹੋਇਆ ਜੇ ਮੈਂ ਕੁਝ ਨਹੀਂ ਕਹਿ ਸਕਦਾ ਹੋਰ ਇੱਕ ਸਰ ਪਿੱਛੇ ਜੇ ਅਜਨਾਲਾ ਚ ਜਿਹੜੀ ਘਟਨਾ ਹੋਈ ਆ ਅਮਰਿਤਪਾਲ ਸਿੰਘ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਿਹੜਾ ਉਹਨਾਂ ਨੇ ਥਾਣੇ ਤੇ ਜਿਹੜਾ ਮਤਲਬ ਕੀ ਪ੍ਰਦਰਸ਼ਨ ਕੀਤਾ ਥਾਣੇ ਦਾ ਘਰਾਬ ਕੀਤਾ ਤੇ ਉੱਥੇ ਕਈ ਪੁਲਿਸ ਵਾਲੇ ਕਾਇਲ ਹੋਏ ਔਰ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਇਹ ਗੱਲ ਕਿ ਕਈ ਚੈਨਲਾਂ ਦੇ ਕਹਿ ਚੁੱਕਿਆ ਕਿ ਉਹ ਤਾਂ ਬਹੁਤ ਬੁਰਾ ਹੋਇਆ ਜਿਹੜਾ ਗੁਰੂਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਨੂੰ ਢਾਲ ਬਣਾ ਕੇ ਤੁਰੇ ਨੇ ਉਹਦੇ ਉ ਅਸੀਂ ਕੰਟਰੋਲ ਕੀਤਾ ਮੈਂ ਕਈ ਵਾਰੀ ਕਈ ਚੈਨਲਾਂ ਤੇ ਕਹਿ ਚੁੱਕਿਆ ਦਿੱਲੀ ਮੇਰੇ ਕੋਲ ਕਈ ਚੈਨਲ ਆਏ ਸੀ ਉਹਨਾਂ ਨੂੰ ਮੈਂ ਕਿਹਾ ਕਿ ਅਸੀਂ ਭਾਈ ਸਾਰੀ ਸਿੱਖ ਜਗਤ ਦੁਖੀ ਐ ਇਸ ਗੱਲ ਤੇ ਕਿ ਅੱਜ ਤੱਕ ਕਦੇ ਨਹੀਂ ਹੋਇਆ ਇਸ ਤਰ੍ਹਾਂ ਉਹ ਖਾਸ ਕਰਕੇ ਠਾਣੇ ਚ ਲੈ ਕੇ ਜਾਣਾ ਕਦੇ ਵੀ ਬڑے-ਬڑے ਜੁੱਧ ਲੜੇ ਸਿੰਘਾਂ ਨੇ بڑے ਮੋਰਚੇ ਲੜੇ ਅਰਦਾਸ ਕਰਕੇ ਜਾਂਦੇ ਸੀ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਉਹਨੂੰ ਢਾਲ ਬਣਾ ਕੇ ਨਹੀਂ ਕਦੇ ਵਰਤਿਆ ਸੀ ਅੱਜ ਤੱਕ ਇਹ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰ੍ਹਾਂ ਦੇ ਹਰਾਤ ਪਾਇਦਾ ਕਦੇ ਸਰ ਅਜਨਾਲਾ ਚ ਜਿਹੜੀ ਘਟਨਾ ਹੋਈ ਆ ਉਸ ਚ ਐਸਪੀ ਤੋਂ ਲੈ ਕੇ ਜਿਹੜੇ ਉੱਥੇ ਤਣਾਅ ਸੀਗੇ ਐਸਪੀ ਦੇ ਨਾਲ ਕਈ ਪੁਲਿਸ ਮੁਲਾਜ਼ਮ ਜਿਹੜੇ ਆ ਕਾਇਲ ਹੋਏ ਔਰ ਪਹਿਲੀ ਵਾਰ ਇਦਾਂ ਹੋਇਆ ਵੀ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਹੋਈ ਪੰਜਾਬ ਪੁਲਿਸ ਨੇ ਹਾਲੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਸੋਨੂ ਕੀ ਲੱਗਦਾ ਇਸ ਮਾਮਲੇ ਚ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਜਾਂ ਨਹੀਂ ਦੇਖੋ ਇਹ ਤਾਂ ਇਹ ਤਾਂ ਐਡਮਿਨਿਸਟ੍ਰੇਸ਼ਨ ਦਾ ਹੈਗਾ ਫਰਜ ਹੈ ਕਿ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਕੀ ਉਹ ਅਧਿਕਾਰ ਅਫਸਰਾਂ ਲਈ ਠੀਕ ਸੋਚਦੇ ਨੇ ਕਿ ਨਹੀਂ ਸੋਚਦੇ ਇਹ ਤਾਂ ਐਡਮਿਨਿਸਟ੍ਰੇਸ਼ਨ ਤੇ ਆ ਇਹ ਤਾਂ ਸਰਕਾਰ ਦਾ ਤੇ ਉਹਨਾਂ ਦਾ ਕੰਮ ਹੈ ਉਹਨਾਂ ਦਾ ਉਹ ਆਪ ਚ ਕਰਨਗੇ ਸਾਡਾ ਉਹ ਤੇ ਮੈਂ ਕੀ ਕਹਿ ਸਕਦਾ ਸਰ ਇਸ ਟਾਈਮ ਸਰਕਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਨਾਲ ਬੜੀ ਟਸ਼ਲਬਾਜੀ ਚੱਲ ਰਹੀ ਹੈ ਹਾਲਾਂਕਿ ਪਿੱਛੇ ਵਿਧਾਨ ਸਭਾ 70 ਬੁਲਾਣ ਦਾ ਬਜਟ 70 ਬੁਲਾਣ ਨੂੰ ਵੀ ਲੈ ਕੇ ਸੀਗੀ ਪਰ ਉਹ ਸੁਪਰੀਮ ਕੋਰਟ ਵਿੱਚ ਅੱਜ ਗਵਰਨਰ ਸਾਹਿਬ ਨੇ ਆਪਣਾ ਰਿਪਲਾਈ ਫਾਈਲ ਕਰ ਦਿੱਤਾ ਜਿਸ ਵਿੱਚ ਕਿਹਾ ਕਿ 3 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੱਤਰ ਬੁਲਾ ਲਿਆ ਪਰ ਉਸ ਮੈਨੂੰ ਐਦਾ ਲੱਗ ਰਿਹਾ ਵੀ ਉਹ ਜਿਹੜਾ ਆਪਸ ਵਿੱਚ ਟਸਲਵਾਜੀ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਸਿਰਫ ਇਸ ਕਰਕੇ ਨਹੀਂ ਇਸ ਤੋਂ ਪਹਿਲਾਂ ਵੀ ਦੋ ਤਿੰਨ ਐਜੀਆਂ ਘਟਨਾ ਹੋ ਚੁੱਕੀਆਂ ਜਿਸ ਕਰਕੇ ਜਿਹੜੀ ਆਪਸੀ ਨਾਰਾਜ਼ਗੀ ਆ ਉਹ ਲਗਾਤਾਰ ਵੱਧ ਰਹੀ ਆ ਪੰਜਾਬ ਦੇ ਭਲੇ ਵਿੱਚ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਆਪਸੀ ਟਸਲਵਾਜੀ ਆ ਕੋਈ ਦੁਖਦਾਈ ਆ ਇਹ ਕੋਈ ਵੀ ਚੰਗਾ ਨਹੀਂ ਸਮਝਦਾ ਕਦੇ ਵੀ ਇਸ ਤਰ੍ਹਾਂ ਅਫਸਰ ਕਨਸਟੀਚੂਸ਼ਨਲ ਹੈਡ ਹੈ ਗਵਰਨਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਉਹਦਾ ਇਸ ਤਰ੍ਹਾਂ ਦੀ ਹਾਲਾਤ ਪੈਦਾ ਕਰਨੇ ਆਪਣੇ ਪੀ Minister ਨੇ ਜੋ ਕੀਤੇ ਨੇ ਉਹ ਨਹੀਂ ਚਾਹੀਦੇ ਉਹਨਾਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਜੇ ਕੋਈ ਇੱਕ ਦੂਜੇ ਦੇ ਕੋਈ ਮਾੜਾ-ਮੋਟਾ ਖਲਾਬ ਹੀ ਹੋਗੇ ਤਾਂ ਬੈਠ ਕੇ ਨਿਬਟੇ ਨਿਬੜੇ ਜਾ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਹੈ ਉਹਨਾਂ 'ਚ ਬਿਲਕੁਲ ਠੀਕ ਉਹਨਾਂ ਨੇ ਛਿੱਟੇ ਜਵਾਬ ਵੀ ਮੰਗਿਆ ਨਾ ਕਿ ਮੈਨੂੰ ਜਿਹੜਾ ਮੈਨੂੰ ਚਿੱਠੀਆਂ ਦਾ ਤੁਸੀਂ ਜਵਾਬ ਕੋਈ ਨਹੀਂ ਦਿੱਤਾ ਇਸ ਕਰਕੇ ਉਹਨਾਂ ਨੂੰ ਦੇਣਾ ਚਾਹੀਦਾ ਜਵਾਬ ਬਿਲਕੁਲ ਠੀਕ ਹੈ ਮਤਲਬ ਕਿ ਜਿਹੜੇ ਗਵਰਨਰ ਸਾਹਿਬ ਜੀ ਦੀ ਅਗਰ ਕੋਈ ਕੁਇਰੀ ਹੈ ਤਾਂ ਸਰਕਾਰ ਨੂੰ ਉਸ ਦਾ ਜਵਾਬ ਜਿਹੜਾ ਹੈ ਉਹ ਦੇਣਾ ਚਾਹੀਦਾ ਬਿਲਕੁਲ ਬੰਦਾ ਉਹਨੂੰ ਦੇਣੇ ਚਾਹੀਦੇ ਜਵਾਬ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਸਰਕਾਰ ਉਹ ਚਿੱਠੀਆਂ ਦਾ ਜਾਂ ਉਹ ਜਿਹੜੇ ਕੁਇਰੀਜ਼ ਹੈ ਉਸ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ ਉਹਨੂੰ ਭੱਜਣਾ ਨਹੀਂ ਚਾਹੀਦਾ ਉਹਨੂੰ ਦੇ ਦੇਣ ਜਵਾਬ ਜੋ ਗਵਰਨਰ ਸਾਹਿਬ ਨੇ ਜਵਾਬ ਮੰਗੇ ਦੇਣੇ ਚਾਹੀਦੇ ਗੱਲ ਮੁੱਕ ਜਾਂਦੀ ਉਹਦੇ ਨਾਲ ਬਿਲਕੁਲ ਇਹ ਸੀਗੇ ਸੁਖਦੇਵ ਸਿੰਘ ਢਿੰਸਾ ਜੀ ਢਿੰਸਾ ਸਾਹਿਬ ਰਾਜ ਸਭਾ ਦੇ ਮੈਂਬਰ ਵੀ ਰਏ ਨੇ ਔਰ ਬੜੇ ਸੀਨੀਅਰ ਮਾਈ ਸੈਂਟਰ ਮਿਨਿਸਟਰ ਵੀ ਰਏ ਨੇ ਬੜੇ ਸੀਨੀਅਰ ਲੀਡਰ ਨੇ ਸ਼੍ਰੋਮਣੀ ਕਾਲੀਦਾ ਲ ਦੇ ਸੀਨੀਅਰ ਮੈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਜੀ ਦਾ ਨਾਮ ਆਂਦਾ ਸੁਖਦੇਵ ਸਿੰਘ ਢੀਂਸਾ ਜੀ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸੁਖਬੀਰ ਬਾਦਲ ਨੂੰ ਕੋਰਟ ਦੀ ਪ੍ਰੋਸੀਡਿੰਗ ਦਾ ਸਾਹਮਣਾ ਕਰਨਾ ਚਾਹੀਦਾ ਜੇ ਉਹ ਸਾਫ਼ ਸੁਥਰੇ ਹੈਗੇ ਆ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਆ ਤਾਂ ਕੋਰਟ ਚੋਂ ਉਹ ਬਾਈ ਜਦ ਬਰੀ ਹੋ ਜਾਣਗੇ ਔਰ ਅਗਰ ਉਹ ਦੋਸ਼ੀ ਹੈਗੇ ਤਾਂ ਕੋਰਟ ਵਿੱਚੋਂ ਉਹਨਾਂ ਨੂੰ ਸਜ਼ਾ ਹੋ ਜਾਏਗੀ ਇਸ ਕਰਕੇ ਇਸ ਗੱਲ ਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਮੈਂ ਦਿਨੇਸ਼ ਕੋਲ ਕੈਮਰਾਮੈਨ 우ਮਾਇਆਪ ਦੇ ਨਾਲ ਦैनिक ਸੋਰਾ ਟਵੀਲੀ ਚੰਡੀਗੜ੍ਹ ਤੋਂ